ਹਰ ਜੀ ਸ਼ੁਕਰੀ ਉਮੀਦ ਕਰਦਾ ਹਾਂ ਕਿ ਸਾਰੇ ਜਣੇ ਚੜ੍ਹਦੀ ਕਲਾ ਚੋਕੀ ਤੰਦਰੁਸਤ ਹੋਵੋਗੇ ਤੇ ਬਹੁਤ ਜ਼ਿਆਦਾ ਖੁਸ਼ ਹੋਵੋਗੇ ਤੇ ਇਤਿਹਾਸ ਦੇ ਵੱਸੇ ਰੋ ਸੋ ਕੈਨੇਡਾ ਦੀ ਬਹੁਤ ਵੱਡੀ ਲੇਟੈਸਟ ਅਪਡੇਟ ਹੈ 빅 ਨਿਊਜ਼ ਹੈ ਸੋ ਦਰਸਾਲ ਵੀਡੀਓ ਪਹਿਲਾਂ ਬਣ ਚੁੱਕੀ ਸੀ ਬਟ ਕੁਝ ਕਾਰਨ ਕਰਕੇ ਵੀਡੀਓ ਖਰਾਬ ਹੋ ਗਈ ਤਾਂ ਡਿਸਕਾਰਡ ਹੋਈ ਤਾਂ ਫਿਰ ਹੁਣ ਦੁਬਾਰਾ ਬਣਾ ਰਿਹਾ ਆ 1 ਸਤੰਬਰ 2024 ਤੋਂ ਪਹਿਲਾਂ ਪਹਿਲਾਂ नो चेंज ਸੀ ਬੱਚਿਆਂ ਦਾ ਪੀਪੀਪੀ ਪ੍ਰੋਗਰਾਮ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਗਰਾਮ ਜਿਹੜੇ 1 ਸਤੰਬਰ ਤੋਂ ਬਾਅਦ ਚ ਅਗਰ ਕੋਈ ਅਪਲਾਈ ਕਰਦਾ ਇਨਰੋਲਮੈਂਟ ਕਰਦਾ ਤਾਂ ਉਹ ਐਲੀਜੀਬਿਲਟੀ ਨਹੀਂ ਬਣਦੀ ਸੀ ਕਾਲਜ ਜਿਹੜੇ ਪਬਲਿਕ ਪ੍ਰਾਈਵੇਟ ਸੈਕਟਰ ਦੇ ਉਹਨਾਂ ਨੂੰ ਬੰਦ ਕਰ ਦਿੱਤਾ ਕਿ ਅਸੀਂ ਡੇਟ ਸੀਗੀ 1 ਸਤ 1 ਸੈਪਟੰਬਰ 2024 ਬਟ ਹੁਣ ਆਈਆਰਸੀਸੀ ਦੇ ਪੋਰਟਲ ਤੇ 5 ਫਰਵਰੀ ਦੀ ਜਿਹੜੀ ਲੇਟੈਸਟ ਅਪਡੇਟ ਆ ਉਹ ਇਹ ਹੈ ਕਿ ਉੱਥੇ ਜੋ ਚੀਜ਼ਾਂ ਡਿਫਾਈਨ ਕਰਿਆ ਨੇ ਦੋ ਪੁਆਇੰਟ ਨੇ ਡੀਪਲੀ ਮੜਾ ਜਾ ਸਮਝੋ ਜਿਹੜੇ ਸਟੂਡੈਂਟ ਆਲਰੇਡੀ ਐਨਰੋਲ ਕੀਤੇ ਹੋਏ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਗਰਾਮ 'ਚ ਹੁੰਦਾ ਹੈ ਵੀ ਇੱਕ ਜਿਵੇਂ ਕੈਨੇਡਾ ਹੋ ਗਿਆ ਸੈਂਡਕਲੇਅਰ ਹੋ ਗਿਆ ਸੈਂਡਲੋਰੈਂਸ ਹੋ ਗਿਆ ਇਹਨਾਂ ਦੇ ਕੈਂਪਸਿਸ ਹੁੰਦੇ ਨੇ ਸਪੋਰਟ ਪੰਜ ਕੈਂਪਸਿਸ ਹੋ ਗਏ ਸੋ ਚਾਰ ਦੇ ਹੋਗੇ ਵਰਕ ਪਰਮਿਟ ਹੁੰਦਾ 메ਨ ਕੈਂਪਸ ਦੇ ਅੰਦਰ ਆਉਂਦੇ ਨੇ ਹੁੰਦਾ ਉਹ ਵੀ 메ਨ ਕੈਂਪਸ ਦੇ ਅੰਦਰ ਆ ਪਰ ਇੱਕ ਸੈਟੇਲਾਈਟ ਕੈਂਪਸ ਹੁੰਦਾ ਹੈ ਜਿੱਦੈ ਇੱਕ ਸਾਲ ਲਗਾ ਕੇ ਬੱਚਾ ਦੂਜਾ ਸਾਲ 메인 ਕੈਂਪਸ 'ਚ ਲਗਾਉਂਦਾ ਜਿੱਥੇ ਬੱਚਿਆਂ ਨੂੰ PGWP ਕੈਟਾਗਰੀ ਮਿਲਦੀ ਹੈ। ਉਹਨਾਂ ਬੱਚਿਆਂ ਨੂੰ ਕੀ ਪ੍ਰੋਬਲਮ ਹੋਊਗੀ ਸੋ ਇਹ ਵੀ ਚੀਜ਼ਾਂ ਧਿਆਨ ਰੱਖੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇਖਿਓ ਤੇ ਸਬਸਕ੍ਰਾਈਬ ਜ਼ਰੂਰ ਕਰੋ ਇਥੇ ਤੁਹਾਨੂੰ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹਿੰਦੀ ਹੈ। ਤੇ ਜਿਹੜੇ ਆਲਰੇਡੀ ਐਨਰੋਲਲੇ ਬੱਚੇ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ। ਜੇ ਬੱਚਾ ਉੱਥੇ ਜਾ ਕੇ ਚੇਂਜ ਕਰਾਊਗਾ ਤਾਂ ਉਹਨੂੰ ਵਰਕ ਪਰਮਿਟ ਨਹੀਂ ਮਿਲਣਾ। ਚੇਂਜ ਹੀ ਨਹੀਂ ਹੋਣਾ। ਇਹ ਵੀ ਮਤਲਬ ਇਮੀਗ੍ਰੇਸ਼ਨ ਮਿਨਿਸਟਰ ਆਫ ਕੈਨੇਡਾ ਮਾਰ ਮਈ ਇਨਟੇਕ ਪਿਆ ਅਕਤੂਬਰ ਇਨਟੇਕ ਵੀ ਕੁਝ ਕਾਲਜੇ ਸ਼ੁਰੂ ਕਰ ਰਹੇ ਸੀਗੇ ਸੌਰੀ ਅਗਸਟ ਇਨਟੇਕ ਸਪਰਿੰਗ ਇਨਟੇਕ ਠੀਕ ਹੈ ਵੀ ਚਲੋ ਉਹ ਬੱਚਾ ਚਲਾ ਜਾਊਗਾ ਪ੍ਰਾਈਵੇਟ ਦੇ ਵਿੱਚ ਉੱਥੇ ਜਾ ਕੇ ਜਦੋਂ ਇੱਕ ਵਾਰੀ ਇਨਰੋਲ ਹੋ ਗਿਆ ਬਿਫੋਰ ਸੈਪਟੰਬਰ ਉਸ ਤੋਂ ਬਾਅਦ ਬੱਚਾ ਚੇਂਜ ਕਰਾਉ ਲੋਗਾ ਉੱਥੇ ਹੀ ਇਹਨਾਂ ਨੇ ਇੱਕ ਕੁਐਸਚਨ ਮਾਰਕ ਲਗਾ ਦਿੱਤਾ ਹਾਲਾਂਕਿ ਇੱਥੇ ਕਲੈਰਿਟੀ ਪ੍ਰੋਪਰਲੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਵੀ ਜਿਹੜੇ ਇਨਰੋਲ ਨਹੀਂ ਹੋਏ ਜਿਹੜੇ ਬੱਚੇ ਨੇ ਮਈ 'ਚ ਜਾਣਾ ਜਾਂ ਸੈਪਟੰਬਰ 'ਚ ਜਾਣਾ 1 ਸੈਪਟੰਬਰ ਕਲਾਸ 7 ਜਾਂ 8 ਸਤੰਬਰ ਤੋਂ ਨੇ ਕੀ ਸਤੰਬਰ ਤੋਂ ਪਹਿਲਾ ਪਹਿਲਾ ਮਈ ਇਨਟੇਕ ਦੀ ਗੱਲ ਹੈ ਜਾਂ ਮਈ ਤੋਂ ਬਾਅਦ ਜੂਨ ਜੁਲਾਈ ਅਗਸਤ ਵਾਲੇ ਦੀ ਉਹਨਾਂ ਦੀ ਡਿਸਕਸ਼ਨ ਕਰ ਰਹੇ ਨੇ ਜਾਂ ਸਤੰਬਰ ਇਨਟੇਕ ਦੀ ਇੱਥੇ ਥੋੜੀ ਜਿਹੀ ਕਲੈਰਟੀ ਨਹੀਂ ਮੈਂ ਕਮਿਟਮੈਂਟ ਕਰ ਸਕਦਾ ਇੱਥੇ ਵਾਲੇ ਕਲੈਰਟੀ ਜ਼ਰੂਰ ਹੈਗੀ ਬਟ ਕਹਿਣ ਦਾ ਮੋਟਿਵ ਇਹ ਹੈ ਜਿਹੜੇ ਹਾਲੇ ਤੱਕ ਇਨਰੋਲ ਨਹੀਂ ਹੋਏ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਇਹ ਕੇਵੀ ਚੀਜ਼ ਪੀਜੀਡਬਲਯੂਪੀ ਕੈਟਾਗਰੀ ਦੇ ਅੰਡਰ ਕਿਹੜੇ ਆਉਂਦੇ ਨੇ ਕਿਹੜੇ ਨਹੀਂ ਆਉਂਦੇ ਸੇਮ ਪ੍ਰੋਵਿੰਸ ਇੱਕੋ ਹੀ ਪ੍ਰੋਵਿੰਸ ਦੇ ਵਿੱਚ ਤੁਸੀਂ 온ਟਾਰੀਓ ਪ੍ਰੋਵਿੰਸ ਚੂਜ਼ ਕਰਦੇ ਹੋ ਸੈਟੇਲਾਈਟ ਕੈਂਪਸ ਤੁਸੀਂ ਇੱਕ ਸਾਲ ਜੀ ਜਨਰੋਲਮੈਂਟ ਕਰ ਚੁੱਕੇ ਹੋ ਹੁਣ ਤੇ ਨੈਕਸਟ ਜਿਹੜਾ ਮੇਨ ਕੈਂਪਸ ਤੋਂ ਜਿੱਥੇ ਪੀਜੀਡਬਲਯੂਪੀ ਜਿੱਥੇ ਤੁਹਾਨੂੰ ਵਰਕ ਪਰਮਿਟ ਮਿਲੂਗਾ ਉਹ ਵੀ ਉਹੀ ਪ੍ਰੋਵਿੰਸ ਚ ਹੈ ਮਤਲਬ ਬ੍ਰਿਟਿਸ਼ ਕੋਲੰਬੀਆ ਚਾ ਅਗਰ ਦੂਜੇ ਪ੍ਰੋਵਿੰਸ ਚ ਹੋਇਆ ਦੂਜੇ ਸਟੇਟ ਚ ਹੋਇਆ ਦੂਜੇ ਰਾਜ ਚ ਹੋਇਆ ਦੂਜੀ ਜਗ੍ਹਾ ਚ ਹੋਇਆ ਤਾਂ ਪੀਜੀਡਬਲਪੀ ਕੈਟਾਗਰੀ ਨਹੀਂ ਮਿਲੂਗੀ ਅਗਰ ਉਸੇ ਕੈਂਪਸ ਚ ਹੈ ਉਸੇ ਜਗ੍ਹਾ ਚ ਪ੍ਰੋਵਿੰਸ ਚ ਹੋ ਰਹੀ देन ਯੂ ਆਰ ਐਲੀਜੀਬਲ ਫਾਰ ਪੀਜੀਡਬਲਪੀ ਕੈਟਾਗਰੀ ਤੁਸੀਂ ਬ੍ਰਿਟਿਸ਼ ਕੋਲੰਬੀਆ ਤੇ ਕਿਸੇ ਵੀ ਕਾਲਜ ਦੇ ਵਿੱਚ ਪੜਨ ਜਾ ਰਹੇ ਹੋ 2 ਸਾਲ ਦੀ ਜਿਹੜੀ ਸਟੱਡੀ ਲਈ ਲਈ ਹੋਈ ਹੈ ਯੂ ਆਰ ਗੋਇੰਗ ਫਾਰ ਅ ਮੇਨ ਟੈਕ ਇੱਕ ਸਾਲ ਤੁਸੀਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਚ ਹੀ ਲਗਾ ਰਹੇ ਹੋ ਸੈਕੰਡ ਇਅਰ ਜਿਹੜਾ ਤੁਹਾਡਾ ਮੇਨ ਕੈਂਪਸ ਹੈ ਉਸ ਉਸ ਸਸਕਾਚੂਨ ਸਾਈਡ ਮੈਨੀਟੋਬਾ ਜਾਂ ਕਿਸੇ ਵੀ ਸਾਡ ਨਿਊ ਪ੍ਰਾਂਸਵਿਕ ਸਾਈਡ ਅਗਰ ਹੋਇਆ ਪੀਜੀਡਬਲਪੀ ਨਹੀਂ ਹੈਗਾ ਤਾਂ ਦੂਜਾ ਸਾਲ ਵੀ ਅਗਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ ਤਾਂ ਹੀ ਤੁਹਾਨੂੰ ਪੀਜੀਡਬਲਪੀ ਕੈਟਾਗਰੀ ਮਿਲੂਗੀ ਨਹੀਂ ਨਹੀਂ ਮਿਲਣੀ ਸੋ ਇਹ ਇੱਕ ਬਹੁਤ ਵੱਡਾ ਬੰਬ ਮਾਰਿਆ ਬੱਚੇ ਨੂੰ ਇਹ ਸੀਗਾ ਯਾਰ ਵੀ ਕਸਟਮਰ ਬਹੁਤ ਦੂਰ ਹੈ ਕੈਨੇਡਾ ਮੋਟਿਵੇਟ ਉਹਨੂੰ ਸ਼ੁਰੂਤ ਲੱਗੇ ਹੁਣ ਤੱਕ ਮੈਂ ਦੱਸਦਾ ਹਾਂ ਅੱਗੇ ਸ਼ਾਇਦ ਦੱਸਣ ਦੀ ਲੋੜ ਨਾ ਪਵੇ ਪ੍ਰਾਈਵੇਟ ਪੈਕੇਜ ਨੁਕਾਟਾ ਮਾਰੋ ਪ੍ਰਾਈਵੇਟ ਪੈਕੇਜ ਨਾ ਕਰੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਤੇ ਪੈਸੇ ਤੁਹਾਡੇ ਮਾਵਾ ਪਲਾਉਣ ਤੋਂ ਡਰਦੇ ਨੇ ਵੀ ਅਗਰ ਰਿਜੈਕਸ਼ਨ ਆ ਗਈ ਡੇਟ ਤੋਂ 2 ਲੱਖ ਦਾ ਨੁਕਸਾਨ ਹੋਊਗਾ ਏਜੰਟ ਕੀ ਦੱਸ ਸਕਾ ਤਾਂ ਇਹ ਚੀਜ਼ਾਂ ਦਾ ਪ੍ਰੋਬਲਮ ਆਊਗੀ ਇਹ ਨਾ ਹੋਏ ਵੀ ਇੱਕ ਵਾਰੀ ਚੱਲ ਜਾਓ ਜੀ ਹਲੇ ਕਿਹੜਾ ਰੂਲ ਚੇਂਜ ਹੋ ਰਹੇ ਨੇ ਰੂਲ ਰਾਤੋਂ ਰਾਤ ਚੇਂਜ ਹੋ ਜਾਣਗੇ ਸਟੂਡੈਂਟਸ ਉਹਨਾਂ ਨੂੰ ਆਪਣੀ ਕਨਫਰਮੇਸ਼ਨ ਦੀ ਲੋੜ ਨਹੀਂ ਹੈਗੀ ਦੇ ਡੋਨਟ ਨੀਡ ਆਰ ਕਨਫਰਮੇਸ਼ਨ ਔਰ ਕਮਿਟਮੈਂਟਸ ਵੈਦਰ ਵੀ ਆਰ ਯੈਸ ਫਾਰ दैट ਥਿੰਗ ਔਰ ਨਾਟ ਜਾਂ ਕੋਰ ਕੰਟਰੀ ਚੂਜ਼ ਕਰੋ ਜਾਂ ਇਧਰ ਚੂਜ਼ ਕਰੋ ਜ ਪੈਕੇਜ ਗਏ ਹੋਣੇ ਚਾਹੇ ਪ੍ਰਾਈਵੇਟ ਕਾਲਜ ਦੇ ਵਿੱਚ ਗਏ ਹੋਏ ਨੇ ਨੈਕਸਟ ਈਅਰ ਉਹਨਾਂ ਦਾ ਪੀਜੀਡਬਲਪੀ ਦੇ ਅੰਡਰ ਆਉਣਗੇ ਜਾਂ ਉਹ ਆਪਦਾ ਚੇਂਜ ਕਰਵਾ ਸਕਦੇ ਨੇ ਜਲਦੀ ਐਸ ਸੂਨ ਐਸ ਪੋਸੀਬਲ ਅਗਰ ਉਹ ਚੀਜ਼ਾਂ ਇੱਕ ਟਾਈਮਲੀ ਨਹੀਂ ਮੈਂਸ਼ਨ ਕਰਿਆ ਸਪੋਜ਼ ਉਹਨਾਂ ਨੇ ਡੇਟ ਦਿੱਤੀ ਵੀ 1 ਸਤੰਬਰ ਤੋਂ ਬਾਅਦ ਜਿਹੜਾ ਉੱਥੇ ਬੱਚਾ ਬਾਅਦ ਚੋਂ ਚੇਂਜ ਕਰੂਗਾ ਪੀਜੀਡਬਲਪੀ ਦੇ ਕੈਟਾਗਰੀ ਦੇ ਅੰਡਰ ਉਸ ਦਾ ਚੇਂਜ ਨਹੀਂ ਹੋਊਗਾ ਉਸ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਵਰਕ ਪਰਮਿਟ ਨਾ ਮਿਲਣਾ ਪੀਆਰ ਨਾ ਮਿਲਣਾ ਇਲੀਗਲ ਕੰਮ ਕਰ ਸਕਦੇ ਹੋ ਫਿਰ ਨੈਗੇਟਿਵ ਚੀਜ਼ਾਂ ਹੋਣਗੀਆਂ ਤਾਂ ਨੀਡ ਟੂ ਡੂ ਯੋਰ ਫਰਸਟ ਸਟੈਪ ਰਾਈਟ ਵਿਚ ਇਜ਼ ਰਾਈਟ ਨਾਓ ਨਾਟ ਆਫਟਰ ਨੋ ਇਹ ਨਹੀਂ ਵੀ ਕਹਤੋਂ ਜਾਂ ਪਰਸਨ ਤੁਸੀਂ ਨਾ ਸੋਚੋ ਉਸਦੇ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜਿਹੜੇ ਆਲਰੇਡੀ ਬਾਹਰ ਨੇ ਇਨਰੋਲ ਹੋਏ ਨੇ ਇੱਥੇ ਇਹ ਵੀ ਸਵਾਲ ਕੁਝ ਬੱਚਿਆਂ ਦੇ ਵੀ ਜਵਾਬ ਹੈ ਸਵਾਲ ਹੈ ਵੀ ਸੌਰੀ ਵੀ ਅਸੀਂ ਮੇਨ ਟੈਕ ਚ ਜਾਣਾ ਜੀ ਜਾਂ ਅਸੀਂ ਸੈਪਟੈਂਬਰ ਤੇ ਜਾ ਰਹੇ ਹਾਂ ਅਸੀਂ ਇੱਕ ਜਿੱਦ ਹੁਣ ਇੱਕ ਬੱਚੇ ਦਾ ਕਨਫਿਊਜ਼ਨ ਸੀ ਕਿ ਵੀ ਅਸੀਂ ਕੈਨੇਡਾ ਹੋਰ ਦੇ ਕੈਂਪਸ ਜਨ ਚਾਰ ਮੰ ਤਾਂ ਇੱਕ ਜਿਹੜੇ ਕੈਂਪਸ ਦੇ ਵਿੱਚ ਅਸੀਂ ਜਾ ਰਹੇ ਹਾਂ ਵੀਜ਼ਾ ਆ ਰਿਹਾ ਹੈ ਸਾਡਾ ਉਹ ਇੱਕ ਸੈਟੇਲਾਈਟ ਕੈਂਪਸ ਹੈ ਕੀ ਹੁਣ ਸਾਨੂੰ ਵਰਕਰ ਮਨੂਏਲੂਗਾ ਤੁਸੀਂ ਆਲਰੇਡੀ ਐਲੀਜੀਬਲ ਹੋ ਤੁਹਾਡਾ ਵੀਜ਼ਾ ਆ ਚੁੱਕਿਆ ਹੈ ਅਗਰ ਵੀਜ਼ਾ ਪ੍ਰੋਸੈਸਰ ਤਾਂ ਵੀ ਕੋਈ ਪ੍ਰੋਬਲਮ ਨਹੀਂ ਅਗਰ ਵੀਜ਼ਾ ਆ ਚੁੱਕਿਆ ਤਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਉਹ ਕਾਲਜ ਦੀ ਜ਼ਿੰਮੇਵਾਰੀ ਹੈ ਕਾਲਜ ਤੁਹਾਨੂੰ ਮੇਨ ਕੈਂਪਸ ਅਲਾਟ ਕਰੂਗਾ ਉਹ ਗਵਰਨਮੈਂਟ ਉਸ ਦੇ ਉੱਤੇ ਰੂਲਸ ਐਂਡ ਰੈਗੂਲੇਸ਼ਨਸ ਦੇਣਗੇ ਪੀਜੀਡਬਲਯੂਪੀ ਜਿਹੜਾ ਮੇਨ ਕੈਂਪਸ ਕੈਨੇਡਾ ਔਰ ਮੇਨ ਕੈਂਪਸ ਹੈ ਇਹ ਨਹੀਂ ਹੈਗਾ ਵੀ ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਪੜ ਰਹੇ ਹੋ ਠੀਕ ਹੈ ਮੇਨ ਕੈਂਪਸ ਕਿਤੇ ਹੋਰ ਹੈ ਫਿਰ ਉਹ ਨਹੀਂ ਹੈਗਾ ਅਗਰ ਇਕੋ ਹੀ ਪ੍ਰੋਵਿੰਸ ਚਾ ਕੈਨੇਡਾ ਔਰ ਦਾ ਮੇਨ ਕੈਂਪਸ ਤੇ ਬਾਕੀ ਵੀ ਤਾਂ ਵੀ ਤੁਹਾਨੂੰ ਟੈਂਸ਼ਨ ਲਾਉਣ ਦੀ ਕੋਈ ਲੋੜ ਨਹੀਂ ਕਿ ਤੁਸੀਂ ਵਰਕ ਪਰਮਿਟ ਦੇ ਅੰਦਰ एलिਜੀਬਲ ਹੋਣੇ ਹੋ ਅ ਬਾਕੀ ਜੋ ਵੀ ਤੁਹਾਡੇ ਮਨ ਚ ਡਾਊਟ ਨੇ ਨਿਚਿਤ ਨੰਬਰ ਅ ਦੇ ਕਾਲ ਕਰ ਸਕਦੇ ਹੋ ਜਾਂ ਮੇਨ ਅ ਤੁਹਾਡੇ ਜੋ ਵੀ ਕੰਸਰਨ ਹੋਣ ਉਸ ਦੀ ਮੈਂ ਵੀਡੀਓ ਲੈ ਕੇ ਆਉਂਗਾ ਸੋ ਨੋਟਸ ਪੋਸੀਬਲ ਸੋ ਇਸ ਤੋਂ ਬਾਅਦ ਕੈਨੇਡਾ ਅਪਡੇਟ ਪ੍ਰੋਸੈਸਿੰਗ ਟਾਈਮ ਵੀਜ਼ਾ ਸਟੈਂਪਿੰਗ ਸਕਸੈਸ ਰੇਟ ਵੀਜ਼ਾ ਸਟੈਂਪਿੰਗ ਤੇ ਵੀ ਟੌਪਿਕ ਆ ਰਿਹਾ ਹੁਣ ਨੈਕਸਟ ਐਂਡ ਥਰਡ ਵਨ ਲਾਸਟ ਨੋਟ ਲਿਸਟ ਕੈਨੇਡ ਸੋ ਕੈਨੇਡਾ ਬਹੁਤ ਟ੍ਰੈਂਡ ਚੱਲ ਰਿਹਾ ਬਹੁਤ ਸੋ ਸਮਝੋਗੇ ਚੱਲਣਾ ਪੈਣਾ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਬਾਕੀ ਨੈਕਸਟ ਵੀਡੀਓ ਦੀ ਗੱਲ ਕਰਦੇ ਆ ਟਿਲ ਥੈਂਕ ਯੂ ਟੇਕ ਕੇਅਰ ਗੁੱਡ ਬਾਏ ਰਮ ਰੱਖੋ